ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਮੈਂ ਬਣਾਉਣ ਜਾ ਰਹੀ ਹਾਂ ਆਲੂ ਸਮੋਸੇ। ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਪਲੀਜ਼, ਅਤੇ ਮੇਰੀ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ। ਆਲੂ ਉਬਲੇ ਹੋਏ ਲਿੱਤੇ, ਇੱਕ ਕੋਲੀ ਮੈਂ ਮੈਦੇ ਦੀ ਲਈ, ਯਾਨੀ ਕਿ 250 ਗ੍ਰਾਮ ਮੈਦਾ, ਜੀਰਾ ਪਾਊਡਰ, ਲਾਲ ਮਿਰਚ ਪਾਊਡਰ, ਨਮਕ, ਧਨੀਆ, ਅਜਵਾਈਨ, ਹਰੀ ਮਿਰਚ ਅਤੇ ਓਇਲ। ਆਪਾਂ ਇਸ ਨੂੰ ਮੈਦੇ ਨੂੰ ਇੱਕ ਬਾਲ 'ਚ ਮਿਕਸ ਕਰ ਲਾਂਗੇ। ਇਸ ਦੇ ਵਿੱਚ ਆਪਾਂ ਨਮਕ 1/2 ਚਮਚ ਐਡ ਕਰ ਲਾਂਗੇ। ਅਜਵਾਈਨ ਨੂੰ ਹੱਥਾਂ ਨਾਲ ਮਸਲ ਕੇ ਆਪਾਂ ਇਸ ਦੇ ਵਿੱਚ ਉਸਨੂੰ ਵੀ ਮੈਸ਼ ਕਰ ਲਾਂਗੇ, ਐਡ ਕਰ ਲਾਂਗੇ। ਸੋਰੀ, ਛੁੱਟੀਆਂ ਦੇ ਦਿਨਾਂ ਤਾਂ ਕੋਈ ਕੰਮ ਨਹੀਂ ਹੁੰਦਾ, ਬਸ ਘਰ 'ਚ ਸਾਰਾ ਦਿਨ ਇਸ ਤਰ੍ਹਾਂ ਹੀ ਨਿਕਲ ਜਾਂਦਾ। ਕਦੀ ਆਹ ਕਰੋ, ਕਦੀ ਕੰਮ ਘਰ 'ਤੇ ਕੰਮ ਕਰਦੇ ਸਾਰਾ ਦਿਨ ਨਿਕਲ ਜਾਂਦਾ। 10 ਮਿੰਟ ਦਾ ਟਾਈਮ ਨਹੀਂ ਲੱਗਦਾ ਬੈਠਣ ਦਾ। ਹੁਣ ਅਜਵਾਈਨ ਅਤੇ ਨਮਕ ਮਿਕਸ ਕਰ ਲਿਆ ਆਪਾਂ ਮੈਦੇ 'ਚ। ਹੁਣ ਆਪਾਂ ਇਸ ਦੇ ਵਿੱਚ 3 ਚਮਚ ਓਇਲ ਪਾ ਲਾਂਗੇ। ਇਸਨੂੰ ਮੌਨ ਵੀ ਕਿਹਾ ਜਾਂਦਾ, ਮੌਨ ਮੈਨੂੰ ਕਹਿਣਾ ਨਹੀਂ ਆਉਂਦਾ, ਪਤਾ ਨਹੀਂ ਕੀ ਕਹਿੰਦੇ ਆ। 3 ਚਮਚ ਇਹ ਐਡ ਕਰ ਲਾਂਗੇ ਆਪਾਂ। ਇਸ ਦੇ ਨਾਲ ਕਾਫੀ ਮਤਲਬ ਸੌਫਟਨੈਸ ਆ ਜਾਂਦੀ ਹੈ। ਹੁਣ ਆਪਾਂ ਇਸਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਦੇਖੋ ਚੰਗੀ ਤਰ੍ਹਾਂ ਹੀ ਮਿਕਸ ਕਰਨਾ ਇਸਨੂੰ। ਇਹ ਸਮੋਸੇ ਅੱਜ ਬੱਚਿਆਂ ਦੀ ਫਰਮਾਇਸ਼ ਸੀ, ਘਰ ਵਿੱਚ ਵੀ ਸਾਨੂੰ ਜ਼ਰੂਰੀ ਸਮੋਸੇ ਚਾਹੀਦੇ ਨੇ, ਨਹੀਂ ਤਾਂ ਅਸੀਂ ਲੰਚ ਵੀ ਨਹੀਂ ਕੀਤਾ ਅਤੇ ਡਿਨਰ ਵੀ ਨਹੀਂ ਕਰਨਾ ਰਾਤ ਨੂੰ। ਦੇਖੋ ਜਦੋਂ ਇਸ ਤਰ੍ਹਾਂ ਆਟਾ ਇਕੱਠਾ ਹੋਣ ਲੱਗ ਜਾਏ ਨਾ, ਹਾਂ ਦੇਖੋ ਹਲੇ ਥੋੜ੍ਹਾ ਹੋਰ ਹੋਏਗਾ ਮਿਕਸ। ਇਸਦਾ ਇੱਕ ਟਾਈਟ ਡੋ ਹੀ ਬਣਾਉਣਾ ਵੀ, ਯਾਨੀ ਕਿ ਲੂਜ਼ ਆਟਾ ਨਹੀਂ ਰੱਖਣਾ। ਹਾਂ ਦੇਖੋ ਹੁਣ ਇਸ ਤਰ੍ਹਾਂ ਬਣਨਾ ਚਾਹੀਦਾ ਆਟਾ। ਹੁਣ ਥੋੜ੍ਹਾ ਥੋੜ੍ਹਾ ਪਾਣੀ ਲੈ ਕੇ ਆਪਾਂ ਇਸ ਨੂੰ ਗੁੰਨ ਲਵਾਂਗੇ। ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਇਸਨੂੰ ਗੁੰਨ ਲਵਾਂਗੇ ਆਪਾਂ। ਪਾਣੀ ਬਿਲਕੁਲ ਘੱਟ ਹੀ ਲਗਾਉਣਾ ਇਹਨੂੰ, ਕਿਉਂਕਿ ਸੌਫਟਨੈਸ ਤਾਂ ਪਹਿਲਾਂ ਹੀ ਆ ਜਾਂਦੀ ਇਸਦੇ ਵਿੱਚ। ਥੋੜ੍ਹਾ ਪਾਣੀ ਹੋਰ ਲਗਾਵਾਂਗੇ ਆਪਾਂ। ਹਾਂ ਦੇਖੋ ਆਟਾ ਇਸ ਤਰ੍ਹਾਂ ਹੋ ਗਿਆ। ਇਹਨੂੰ ਇੱਕ ਬੋਲ 'ਚ ਰੱਖ ਕੇ ਉੱਪਰੋਂ ਗਿੱਲਾ ਕੱਪੜਾ ਦੇ ਦਾਂਗੇ ਇਹਨੂੰ। ਇਸਨੂੰ ਗਿੱਲੇ ਕੱਪੜੇ ਨਾਲ ਕਵਰ ਕਰ ਦਾਂਗੇ ਆਪਾਂ। 20-25 ਮਿੰਟ ਲਈ ਰੱਖ ਦਾਂਗੇ ਇਹਨੂੰ। ਤਦ ਤੱਕ ਆਪਾਂ ਪਿੱਠੀ ਤਿਆਰ ਕਰ ਲੈਂਦੇ ਸਮੋਸਿਆਂ ਦੀ। ਚਲੋ ਹੁਣ ਆਲੂ ਮੈਸ਼ ਕਰ ਲਵਾਂਗੇ ਆਪਾਂ। ਹੁਣ ਇਸ ਦੇ ਵਿੱਚ ਕੱਟੀ ਹੋਈ ਹਰੀ ਮਿਰਚ ਐਡ ਕਰ ਦਾਂਗੇ। ਕੱਟਿਆ ਹੋਇਆ ਹਰਾ ਧਨੀਆ ਐਡ ਕਰ ਦਾਂਗੇ। ਸਾਬਤ ਜੀਰਾ ਅਤੇ ਨਮਕ 1/4 ਚਮਚ ਅਤੇ 1 ਚਮਚ ਲਾਲ ਮਿਰਚ। ਆਲੂ ਬਹੁਤ ਜ਼ਿਆਦਾ ਬਰੀਕ ਨਹੀਂ ਕਰਨੇ। ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਹੁਣ ਆਪਾਂ ਇਸਨੂੰ ਇੱਕ ਛੋਟੇ ਬੋਲ 'ਚ ਕਰ ਕੱਢ ਲਵਾਂਗੇ। ਓਇਲ ਗਰਮ ਕਰ ਲਾਂਗੇ ਆਪਾਂ। ਓਇਲ ਕੋਈ ਵੀ ਲੈ ਸਕਦੇ ਹੋ। ਦੇਖੋ ਆਟਾ ਹੁਣ ਇਕਸਾਰ ਹੋ ਗਿਆ। ਆਪਾਂ ਇਸ 'ਤੇ ਪੇੜੇ ਬਣਾ ਲੈਂਦੇ ਹਾਂ।
ਖੱਟਾ ਇੱਥੋਂ ਫਟਣਾ ਨਹੀਂ ਚਾਹੀਦਾ ਬਿਲਕੁਲ ਵੀ। ਇਸ ਤਰ੍ਹਾਂ ਆਪਾਂ ਸਾਰੇ ਆਟੇ ਦੀਆਂ ਮਤਲਬ ਬਿਲਕੁਲ ਹਾਫ ਵਿੱਚੋਂ ਕਰਕੇ ਕੱਟ ਲਗਾ ਲੈਣਾ। ਇਸ ਤਰ੍ਹਾਂ ਕੱਟ ਲਗਾ ਲੈਣਾ। ਹੁਣ ਇਸ ਦੇ ਉੱਪਰ ਪਾਣੀ ਲਗਾ ਲੈਣਾ ਆਪਾਂ, ਇਸਦੀ ਤਿੰਨੇ ਸਾਈਡ 'ਤੇ ਪਾਣੀ ਲਗਾ ਲੈਣਾ। ਇਸ ਤਰ੍ਹਾਂ ਕਰਕੇ ਇੱਕ ਉਂਗਲੀ ਨਾਲ ਲਗਾਉਣਾ। ਹਾਂ ਦੇਖੋ, ਪਾਣੀ ਲਗਾਉਣ ਨਾਲ ਫਿਰ ਇਸ ਤਰ੍ਹਾਂ ਹੈਗਾ ਵੀ ਆਪਣੀ ਪਿੱਠੀ ਭਰ ਜਾਏ ਤਾਂ ਮੇਰੀ ਫੀਲਿੰਗ ਸਹੀ ਹੋ ਜਾਏਗੀ। ਇਸ ਤਰ੍ਹਾਂ ਵਿੱਚ ਉਂਗਲੀ ਰੱਖ ਕੇ ਹਾਫ ਕਰ ਲੈਣਾ ਆਪਾਂ ਸਮੋਸੇ ਨੂੰ। ਇਸ ਤਰ੍ਹਾਂ ਇੱਕ ਵਾਰੀ ਦਿਖਾ, ਇਸ ਤਰ੍ਹਾਂ ਉਂਗਲੀ ਵਿੱਚ ਰੱਖ ਕੇ ਨਾ। ਹਾਂ ਦੇਖੋ, ਬਿਲਕੁਲ ਸਹੀ ਸ਼ੇਪ ਬਣੀ, ਟ੍ਰਾਇੰਗਲ ਬਣ ਗਿਆ ਨਾ। ਇਸ ਤਰ੍ਹਾਂ ਖੋਲ੍ਹ ਲਿਆ, ਤੁਹਾਨੂੰ ਦੁਬਾਰਾ ਦੱਸਦੇ ਹਾਂ। ਆਹ ਦੇਖੋ, ਇਸ ਤਰ੍ਹਾਂ ਪਾਣੀ ਲਗਾ ਕੇ ਆਪਣੀ ਸਾਈਡ ਤੋਂ, ਅਤੇ ਇਸ ਤਰ੍ਹਾਂ ਕਰਕੇ ਹੁਣ ਇਸ 'ਤੇ ਆਪਾਂ ਫੀਲਿੰਗ ਕਰ ਲਾਂਗੇ ਉਂਗਲੀ ਇਸ ਤਰ੍ਹਾਂ ਸਾਈਡ 'ਤੇ ਕਰਕੇ। ਆਲੂ ਲੈ ਕੇ ਇਸ ਤਰ੍ਹਾਂ ਆਲੂ ਭਰ ਲਿੱਤੇ ਨਾ ਆਪਾਂ, ਹੁਣ ਆਪਾਂ ਇਸ ਤਰ੍ਹਾਂ ਇਸ ਨੂੰ ਕਵਰ ਕਰ ਦਾਂਗੇ। ਓ ਸੋਰੀ, ਆਹ ਥੋੜ੍ਹੀ ਇੱਧਰ ਸਮੋਸੇ ਨੂੰ, ਨਹੀਂ ਨਹੀਂ ਪਹਿਲਾਂ ਬਣਾ ਲਓ। ਇਸੇ ਤਰ੍ਹਾਂ ਆਪਾਂ ਦੂਸਰਾ ਸਮੋਸਾ ਵੀ ਭਰ ਲਵਾਂਗੇ। ਆਹ ਦੇਖੋ, ਇਸਦੇ ਵਿੱਚ ਪਾਣੀ ਲਗਾਇਆ ਹੋਇਆ ਆਪਾਂ, ਇਸ ਤਰ੍ਹਾਂ ਚਿਪਕ ਜਾਏਗਾ ਨਾਲ ਹੀ, ਅਤੇ ਹੁਣ ਆਪਾਂ ਇਸ ਤਰ੍ਹਾਂ ਫੀਲਿੰਗ ਕਰ ਲਾਂਗੇ ਇਸਦੀ। ਆਪਾਂ ਦੂਸਰਾ ਸਮੋਸਾ ਵੀ ਇਸ ਤਰ੍ਹਾਂ ਭਰ ਲਵਾਂਗੇ। ਇਸ ਤਰ੍ਹਾਂ ਹੀ ਸਾਰੇ ਸਮੋਸੇ ਆਪਾਂ ਭਰ ਲੈਣੇ ਨੇ। ਹਾਂ ਦੇਖੋ, ਹੁਣ ਆਪਾਂ ਰਿਫਾਇੰਡ ਓਇਲ ਗਰਮ ਕਰ ਲਾਂਗੇ। ਓਇਲ ਕੋਈ ਵੀ ਲੈ ਸਕਦੇ ਹਾਂ ਆਪਾਂ। ਆਪਾਂ ਸਾਰੇ ਸਮੋਸੇ ਭਰ ਲੈਣੇ ਨੇ, ਹੁਣ ਇਹਨਾਂ ਆਪਾਂ ਫਰਾਈ ਕਰਦੇ ਹਾਂ। ਇਹ ਬੱਚੇ ਕਹਿੰਦੇ ਸਾਨੂੰ ਥੋੜ੍ਹੇ ਛੋਟੇ ਵਾਲੇ ਬਣਾ ਲਓ, ਨਾਲ ਹੀ ਛੋਟੇ ਸਾਈਜ਼ ਦੇ ਵੀ ਬਣਾਵਾਂਗੇ। ਡੀਪ ਫਰਾਈ ਕਰਦੇ ਹਾਂ ਆਪਾਂ ਇਸਨੂੰ, ਥੋੜ੍ਹੀ ਗੈਸ ਘੱਟ ਕਰ ਦੇਣੀ, ਓਇਲ ਫੁੱਲ ਗਰਮ ਹੋਣਾ ਚਾਹੀਦਾ। ਅਸੀਂ ਬਾਹਰ ਕੱਢ ਲਵਾਂਗੇ। ਸਮੋਸੇ ਬਣ ਕੇ ਤਿਆਰ ਹੋ ਚੁੱਕੇ ਨੇ।